ਸਿਕਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਨਾ ਕਰੋਨਾ ਵਾਇਰਸ ਆ ਜਿਹੜਾ ਦਿਨ ਬ ਦਿਨ ਹਰੇਕ ਕੰਟਰੀ 'ਚ ਸਪਰੈਡ ਹੁੰਦਾ ਜਾ ਰਿਹਾ ਹੈ ਨਾ ਬਹੁਤ ਜ਼ਿਆਦਾ ਫੈਲ ਰਿਹਾ ਅਤੇ ਜੇ ਆਪਾਂ ਕੈਨੇਡਾ ਦੀ ਸਿਚੁਏਸ਼ਨ ਦੀ ਗੱਲ ਕਰੀਏ ਤਾਂ ਕੈਨੇਡਾ ਦੀ ਸਿਚੁਏਸ਼ਨ ਵੀ ਬਹੁਤ ਖਰਾਬ ਆ ਹੁਣ ਦੇ ਦਿਨਾਂ 'ਚ ਜਿੱਥੇ ਸ਼ਨੀਵਾਰ ਅਤੇ ਸ਼ੁੱਕਰਵਾਰ ਆ ਪਿਛਲੇ 38 ਦੇ ਲਗਭਗ ਕੇਸ ਆਏ ਸੀ ਹੈ ਨਾ ਅਤੇ 1300 ਕੇਸ ਸੀ ਟੋਟਲ ਬਟ ਹੁਣ 2000 ਹੋ ਗਿਆ ਲਾਸਟ ਮੰਡੇ 78 ਕੇਸ ਹੋਰ ਆ ਗਿਆ ਉਹ ਕਿਤੇ ਨਾ ਕਿਤੇ ਸੋਚਣ ਦੀ ਲੋੜ ਆ ਅਤੇ ਗਵਰਨਮੈਂਟ ਵੀ ਹੁਣ ਸ਼ਾਇਦ ਅੰਟਾਰੀਓ ਨੂੰ ਲੋਕਡਾਊਨ ਕਰ ਰਹੀ ਆ ਇਸ ਤੋਂ ਅਤੇ ਅੱਜ ਜੋ ਲਿਸਟ ਆਜੂਗੀ ਸਾਰੇ ਕੰਮ ਵੀ ਜਿਹੜੇ ਬੰਦ ਕੀਤੇ ਜਾ ਰਹੇ ਇਕੱਲੇ ਗਰੋਸਰੀ ਸਟੇਸ਼ਨ ਅਤੇ ਗੈਸ ਸਟੇਸ਼ਨ ਓਪਨ ਹੋਣਗੇ ਜਿਹੜੇ ਨੋਨ ਅਸੈਂਸ਼ੀਅਲ ਕੰਮ ਆ ਜਿਨ੍ਹਾਂ ਦੀ ਜ਼ਰੂਰਤ ਹੈ ਨਹੀਂ ਹੈ ਨਾ ਜਿਨ੍ਹਾਂ ਬਿਨਾਂ ਸਰ ਸਕਦਾ ਉਹ ਸਾਰੇ ਬੰਦ ਹੋ ਜਾਣਗੇ ਸੋ ਤੁਸੀਂ ਆਪਦੀ ਲਿਸਟ ਦੇਖ ਸਕਦੇ ਹੋ ਹੈ ਨਾ ਕੈਨੇਡਾ ਵਾਲੇ ਬਾਕੀ ਜਿਵੇਂ ਆਪਾਂ ਸਟੂਡੈਂਟਸ ਦੀ ਗੱਲ ਕਰੀਏ ਜਿਹੜੇ ਇੰਡੀਆ ਤੋਂ ਆਉਣਾ ਹੈ ਨਾ ਜਿਨ੍ਹਾਂ ਨੇ ਅਤੇ ਚਾਹੇ ਸਰਕਾਰ ਨੇ ਕਹਿ ਤਾ ਸੀ ਗਵਰਨਮੈਂਟ ਨੇ ਵੀ ਜਿਹੜੇ 18 ਤੋਂ ਪਹਿਲਾਂ ਅਪਰੂਵਲ ਹੋਈ ਉਹ ਆ ਸਕਦੇ ਆ ਬਟ ਹੁਣ ਸਵਾਲ ਇਹ ਉੱਠਦਾ ਵੀ ਕੋਈ ਏਅਰਲਾਈਨ ਤੁਹਾਨੂੰ ਲੈ ਕੇ ਆਊਗੀ ਇੱਥੇ ਤਾਂ ਮੈਨੂੰ ਲੱਗਦਾ ਕੋਈ ਏਅਰਲਾਈਨ ਚੱਲ ਰਹੀ ਆ ਸੋ ਤੁਸੀਂ ਆਪਦਾ ਘਰ ਹੀ ਰਹੋ ਬਹੁਤ ਲੋਕ ਜਦੋਂ 18 ਤੋਂ ਬਾਅਦ ਗਵਰਨਮੈਂਟ ਨੇ ਕਹਿ ਤਾ ਸੀ ਤਾਂ ਏਅਰਪੋਰਟ 'ਤੇ ਆ ਗਿਆ ਨਾ ਫਲਾਈਟਸ ਬੁੱਕ ਕਰਵਾ ਲਈਆਂ ਤਾਂ ਏਅਰਲਾਈਨ ਤਾਂ ਕੋਈ ਚੱਲਦੀ ਨਹੀਂ ਸੀ ਸੋ ਤੁਸੀਂ ਘਰ ਹੀ ਰਹੋ ਤੁਸੀਂ ਕਾਲਜ ਨਾਲ ਕੰਟੈਕਟ ਕਰੋ ਉਹ ਤੁਹਾਨੂੰ ਸਕੈਜੂਲ ਵਗੈਰਾ ਦੇ ਦੇਣਗੇ ਔਨਲਾਈਨ ਜਾਂ ਫਿਰ ਤੁਹਾਨੂੰ ਸੈਪਟੈਂਬਰ 'ਚ ਡੈਫਰ ਕਰ ਦੇਣਗੇ ਕਿਉਂਕਿ ਇੱਥੇ ਆਉਂਦਾ ਤਾਂ ਕੋਈ ਫਾਇਦਾ ਨਹੀਂ ਕਾਲਜ ਯੂਨੀਵਰਸਿਟੀਜ਼ ਵਗੈਰਾ ਬੰਦ ਨੇ ਇੱਥੇ ਕਿ ਤੁਸੀਂ ਵਾਧੂ ਦੀਆਂ ਟੈਨਸ਼ਨ ਜੀ ਪਾਓਗੇ ਤੁਹਾਨੂੰ ਗਰੋਸਰੀ ਦੀ ਟੈਨਸ਼ਨ ਰੈਂਟ ਦੀ ਟੈਨਸ਼ਨ ਹੈ ਨਾ ਇੱਥੇ ਆ ਕੇ ਕੋਈ ਫਾਇਦਾ ਨਹੀਂ ਫਾਇਦੇ ਵਾਲੀ ਗੱਲ ਹੈ ਨਹੀਂ ਇੱਥੇ ਆਉਣਾ ਹਜੇ ਅਪ੍ਰੈਲ ਤੱਕ ਤਾਂ ਜਮੇ ਨਹੀਂ ਉਸ ਤੋਂ ਬਾਅਦ ਜਿਵੇਂ ਗਵਰਨਮੈਂਟ ਦੇ ਕੋਈ ਇੰਸਟਰਕਸ਼ਨ ਵਗੈਰਾ ਹੋਣਗੀਆਂ ਤਾਂ ਤੁਸੀਂ ਉਵੇਂ ਫੋਲੋ ਕਰ ਲਿਓ ਹੈ ਨਾ ਮੈਨੂੰ ਲੱਗਦਾ ਵੀ ਤੁਹਾਨੂੰ ਸੈਪਟੈਂਬਰ ਇਨਟੇਕ 'ਚ ਡੈਫਰ ਕਰਨਗੇ ਜਾਂ ਜੋ ਵੀ ਤੁਹਾਨੂੰ ਕਹਿ ਰਹੇ ਔਨਲਾਈਨ ਕਲਾਸਿਸ ਕਹਿ ਰਹੇ ਤੁਸੀਂ ਮੇਰੇ ਨਾਲ ਦੇ ਵੀ ਕਈ ਸਟੂਡੈਂਟਸ ਜਿਨ੍ਹਾਂ ਦੀਆਂ ਹੁਣ ਕਲਾਸਿਸ ਸਾਡੀਆਂ ਔਨਲਾਈਨ ਹੋ ਗਈਆਂ ਸੀ ਤਾਂ ਕਈ ਇੰਡੀਆ ਨੂੰ ਜਾ ਵੜੇ ਹੈ ਨਾ ਸੋ ਇੱਦਾਂ ਦੀ ਬੇਵਕੂਫੀ ਵੀ ਨਾ ਕਰੋ ਜਿੱਥੇ ਹੈਗੇ ਉੱਥੇ ਹੀ ਰਹੋ ਹੈ ਨਾ ਇੱਥੇ ਵੀ ਹੁਣ ਸਿਚੁਏਸ਼ਨ ਬਹੁਤ ਹੀ ਖਰਾਬ ਹੁੰਦੀ ਜਾ ਰਹੀ ਹੈ ਰੈਸਟੋਰੈਂਟਸ ਵਗੈਰਾ ਡਾਈਨ ਨੇ ਪਹਿਲਾਂ ਹੀ ਬੰਦ ਕਰਤਾ ਸੀ ਇਹਨਾਂ ਨੇ ਇਕੱਲਾ ਟੇਕ ਆਊਟ ਹੈ ਨਾ ਅਤੇ ਜਾਂ ਕਿਤੇ ਵੀ ਸਟੋਰਸ 'ਤੇ ਹੁਣ ਮਤਲਬ 2 ਫੁੱਟ ਦੀ ਦੂਰੀ 'ਤੇ ਲਾਈਨਸ ਵਗੈਰਾ ਲਾਤੀਆਂ ਜਿੱਥੇ ਹੁਣ ਮੈਂ ਕੰਮ ਕਰਦਾ ਸੀ ਹੋਮ ਡਿਪੂ 'ਤੇ ਉੱਥੇ ਵੀ ਲਾਈਨ 'ਚ ਹੀ ਤੁਹਾਨੂੰ ਜਾਣ ਦਿੰਦੇ ਆ ਹੈ ਨਾ ਅਤੇ ਆਉਣ ਵਾਲੇ ਦੀ ਲਾਈਨ ਅੱਡਾ 3 ਫੁੱਟ ਤੋਂ ਦੂਰ ਹੈ 2 ਫੁੱਟ ਤੋਂ ਮੀਟਰ ਤੋਂ ਅਤੇ ਆਉਣ ਵਾਲਿਆਂ ਦੀ ਅੱਡਾ ਜਾਣ ਵਾਲਿਆਂ ਦੀ ਅੱਡਾ ਇੱਦਾਂ ਅਤੇ ਜਿਹੜਾ ਕਸਟਮਰ ਆਉਂਦਾ ਕੋਈ ਵੀ ਉਹ ਤੋਂ ਵੀ ਐਂ ਦੂਰੀ ਰੱਖਣੀ ਆ 2 ਮੀਟਰ ਦੀ ਸੋ ਲਾਈਨਸ ਵਗੈਰਾ ਲਾ ਤੀਆਂ ਉਹਨਾਂ ਨੇ ਉਸ ਤੋਂ ਪਿੱਛੇ ਖੜ੍ਹਨਾ ਹੈ ਨਾ ਤੁਸੀਂ ਕਿਸੇ ਨੂੰ ਟੱਚ ਨਹੀਂ ਕਰ ਸਕਦੇ ਉੱਦਾਂ ਜੇ ਉਹਦੇ ਘਰੇ ਡਿਲੀਵਰੀ ਕਰਨ ਵੀ ਜਾਈਦਾ ਤਾਂ ਬਾਹਰ 'ਚ ਰੱਖ ਦੇਈ ਦੀਆਂ ਗੱਲ ਆਪੇ ਚੱਕ ਲੈਂਦਾ ਸਾਈਨ ਵਗੈਰਾ ਵੀ ਨਹੀਂ ਕਰਾਈਦੇ ਹੁਣ ਸੋ ਇਹ ਸਾਰੀਆਂ ਗੱਲਾਂ ਧਿਆਨ ਰੱਖਣੀਆਂ ਹੁਣ ਨਿੱਕੀਆਂ ਨਿੱਕੀਆਂ ਕਿਉਂਕਿ ਇਹਦਾ ਇੱਕੋ ਹੀ ਹੱਲ ਆ ਜਿਹੜੀ ਵਰਲਡ ਹੈਲਥ ਔਰਗੇਨਾਈਜੇਸ਼ਨ ਕਹਿ ਰਹੀ ਆ ਉਹ ਵੀ ਇਹੀ ਕਹਿ ਰਿਹਾ ਵੀ ਜਿਹੜਾ ਕਰਫਿਊ ਉਹ ਬਹੁਤ ਹੀ ਬੈਟਰ ਆਈਡੀਆ ਇਹਦਾ ਹੋਰ ਕੋਈ ਹੱਲ ਨਹੀਂ ਕਿਉਂਕਿ ਨਾ ਕੋਈ ਹਜੇ ਤੱਕ ਮੈਡੀਸਨ ਵਗੈਰਾ ਕੁਛ ਆਈ ਹੈ ਇਹਦੀ ਸੋ ਇੱਕ ਹੀ ਹੱਲ ਆ ਇਹਦਾ ਵੀ ਆਪਦੇ ਆਪ ਨੂੰ ਘਰ ਆਈਸੋਲੇਟ ਕਰੋ ਹੈ ਨਾ ਜੇ ਤੁਹਾਨੂੰ ਸਿਮਟਮਸ ਇਹਦੇ ਕੋਈ ਪੱਕੇ ਨਹੀਂ ਵੀ ਤੁਹਾਨੂੰ ਅੱਜ ਹੋਇਆ ਮੰਨ ਲਓ ਅੱਜ ਹੀ ਨਜ਼ਰ ਆ ਜਾਣਗੇ ਉਹ ਸਕਦਾ 5 ਦਿਨ ਲੱਗਣ 10 ਦਿਨ ਲੱਗਣ ਜੇ ਤੁਹਾਨੂੰ ਹੋ ਵੀ ਗਿਆ ਤੁਹਾਨੂੰ ਕੋਈ ਇੱਦਾਂ ਨਹੀਂ ਵੀ ਨਾਲ ਦੀ ਨਾਲ ਤੁਹਾਨੂੰ ਛਿੱਕ ਆ ਜੂਗੀ ਜਾਂ ਕੋਈ ਖੰਘ ਲੱਗ ਜੂ ਜਾਂ ਕੁਛ ਵੀ ਹੋਜੂ ਸਿਮਟਮ ਨਜ਼ਰ ਆਉਣ 'ਤੇ ਟਾਈਮ ਲੱਗ ਜਾਂਦਾ ਜਿਵੇਂ ਹੁਣ ਜਰਮਨੀ ਦੇ ਵਿੱਚ ਪ੍ਰੈਜੀਡੈਂਟ ਆ ਜਿਹੜੀ ਉਹਨਾਂ ਦੀ ਉਹਨੂੰ ਹੋਇਆ ਉਹਨੂੰ ਇੱਕ ਡਾਕਟਰ 'ਤੇ ਹੋਇਆ ਉਹ ਡਾਕਟਰ ਨੂੰ ਪਤਾ ਹੀ ਨਹੀਂ ਸੀ ਵੀ ਉਹ ਕਰੋਨਾ ਵਾਇਰਸ ਦਾ ਹੋਵਾ ਸੋ ਇਹ ਲੋਕਾਂ ਨੂੰ ਪਤਾ ਹੀ ਨਹੀਂ ਹੈਲਦੀ ਬੰਦੇ ਨੇ ਵੀ ਹੋ ਸਕਦਾ ਹੈ ਇਹ ਕਿਹੜਾ ਕੋਈ ਪੱਕੀ ਆ ਸ਼ੋਰ ਨਹੀਂ ਹੈਗੇ ਸੋ ਜਿੰਨਾ ਬਚਾਅ ਹੋ ਸਕਦਾ ਉਨਾ ਕਰੋ ਆਪਦਾ ਘਰ ਹੀ ਰਹੋ ਹੈ ਨਾ ਇਹੀ ਇੱਕ ਬੈਟਰ ਹੱਲ ਆ ਘਰ ਰਹੋ ਨਾਲੇ ਆਪ ਬਚੋ ਨਾਲੇ ਦੂਜਿਆਂ ਨੂੰ ਬਚਾਓ ਸੋ ਇੱਦਾਂ ਦੀ ਬੇਵਕੂਫੀ ਨਾ ਕਰਿਓ ਹਜੇ ਫਲਾਈਟਸ ਵਗੈਰਾ ਬੁੱਕ ਕਰਾਉਣ ਦੀ ਕੋਈ ਪਤਾ ਨਹੀਂ ਤੁਸੀਂ ਆਪਦੇ ਕਾਲਜ ਨਾਲ ਜ਼ਰੂਰ ਕੰਟੈਕਟ 'ਚ ਰਹੋ ਟੱਚ 'ਚ ਰਹੋ ਜੋ ਤੁਹਾਨੂੰ ਇੰਸਟਰਕਸ਼ਨ ਵਗੈਰਾ ਦੇ ਰਿਹਾ ਉਹ ਫੋਲੋ ਕਰੋ ਹੈ ਨਾ ਜੇ ਤੁਹਾਨੂੰ ਔਨਲਾਈਨ ਕਲਾਸਿਸ ਦਾ ਕਹਿ ਰਿਹਾ ਤਾਂ ਉੱਦਾਂ ਕਰ ਲਓ ਅਤੇ ਨਹੀਂ ਫਿਰ ਤੁਹਾਨੂੰ ਸੈਪਟੈਂਬਰ 'ਚ ਡੈਫਰ ਕਰਨਗੇ ਅਤੇ ਉੱਦਾਂ ਵੀ ਤੁਸੀਂ ਦੇਖ ਸਕਦੇ ਉਹਨਾਂ ਨਾਲ ਕੰਟੈਕਟ 'ਚ ਰਹੋ ਬਾਕੀ ਜਿਨ੍ਹਾਂ ਨੇ ਹਜੇ ਫਾਈਲ ਅਪਲਾਈ ਕਰਨੀ ਉਹਨਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਨਾ ਅਤੇ ਜਿਹੜਾ ਔਨਲਾਈਨ ਪ੍ਰੋਸੈਸ ਆ ਉਹ ਆਪਦਾ ਕਰ ਲਓ ਹੈ ਨਾ ਅਤੇ ਜੇ ਕਿਸੇ ਦੀ COQ ਵਗੈਰਾ ਜਾਂ ਕੁਛ ਹੋਰ LOA ਜਾਂ ਕੁਛ ਆ ਵੇਟਿੰਗ 'ਚ ਆ ਤਾਂ ਤੁਸੀਂ ਵੇਟ ਕਰੋ ਜਿੰਨਾ ਮਾਰਚ ਇਨਟੇਕ ਆ ਚਲੋ ਜਿਨ੍ਹਾਂ ਨੇ ਫਾਈਲ ਨਹੀਂ ਅਪਲਾਈ ਕੀਤੀ ਉਹਨਾਂ ਨੂੰ ਸ਼ਾਇਦ ਆਫਰ ਲੈਟਰ ਸੈਪਟੈਂਬਰ ਦਾ ਦੇ ਦੇਣਗੇ ਜਾਂ ਅੱਗੇ ਦਾ ਸੋ ਕਾਲਜ ਦੇ ਨਾਲ ਟੱਚ 'ਚ ਰਹੋ ਉਹਨਾਂ ਦੀ ਇੰਸਟਰਕਸ਼ਨ ਦਾ ਵੇਟ ਕਰੋ ਹੁਣ ਗੱਲ ਆਪਾਂ ਕਰਦੇ ਹਾਂ ਵੀ ਜਿਹੜੇ ਆਪਣੇ ਪੰਜਾਬੀ ਸਟੂਡੈਂਟਸ ਆ ਹੈ ਨਾ ਹੁਣ ਪਤਾ ਸਾਰਿਆਂ ਕੋਲ ਪੈਸੇ ਦੀ ਕਮੀ ਆ ਕੰਮ ਕਾਰ ਹੈ ਨਹੀਂ ਗਾ ਚਲੋ ਰੈਂਟ ਵੀ ਦੇਣਾ ਗਰੋਸਰੀ ਵੀ ਕਰਨੀ ਹੈ ਨਾ ਜਿਹੜੇ ਨਹੀਂ ਲੈ ਸਕਦੇ ਗਰੋਸਰੀ ਵਗੈਰਾ ਅਤੇ ਫੂਡ ਉਹ ਕਈ ਔਰਗਨਾਈਜੇਸ਼ਨ ਹੈਗੀ ਆਪਣੇ ਪੰਜਾਬੀ ਭਰਾ ਜਿਹੜੇ ਫ੍ਰੀ 'ਚ ਫੂਡ ਪ੍ਰੋਵਾਈਡ ਕਰ ਰਹੇ ਆ ਥੱਲੇ ਮੈਂ ਡਿਸਕ੍ਰਿਪਸ਼ਨ 'ਚ ਨੰਬਰ ਦੇ ਦੂੰਗਾ ਉਹਨਾਂ ਦੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਬਿਮਾਰ ਹੋ ਘਰ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਜਾਂ ਉਹ ਤੁਹਾਨੂੰ ਘਰ ਵੀ ਪ੍ਰੋਵਾਈਡ ਕਰ ਦੇਣਗੇ ਆਟਾ ਗਰੋਸਰੀ ਵਗੈਰਾ ਸਾਰਾ ਕੁਛ ਤੁਹਾਨੂੰ ਦੇ ਕੇ ਜਾਣਗੇ ਸੋ ਇਹ ਵੀਰਾਂ ਨੂੰ ਵੀ ਆਪਣਾ ਧੰਨਵਾਦ ਆ ਸਾਰਿਆਂ ਦਾ ਜਿਹੜੇ ਇੱਦਾਂ ਦੇ ਐਫਰਟਸ ਕਰ ਰਹੇ ਆ ਅਤੇ ਬਾਕੀ ਜਿਹੜੇ ਬਾਹਰ ਕੰਮ ਕਰਨ ਵਗੈਰਾ ਜਾਂਦੇ ਆ ਜਿਵੇਂ ਟਰੱਕਾਂ ਵਾਲੇ ਬਾਈ ਆ ਜਾਂ ਕੋਈ ਵੀ ਹੈ ਨਾ ਉਹਨਾਂ ਨੂੰ ਵੀ ਇਹੀ ਅਪੀਲ ਆ ਵੀ ਆਪਦਾ ਥੋੜ੍ਹਾ ਸੇਫਟੀ ਰੱਖੋ ਹੈ ਨਾ ਕਈ ਦਾ
ਉੱਥੇ ਵੀ ਇੱਕ ਇੰਪਲੋਈ ਉਹਨਾਂ ਦਾ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਹੈ ਨਾ, ਅਤੇ ਉਹਨਾਂ ਨੇ ਸਾਰਾ ਟਾਈਮ ਬੰਦ ਕਰਤਾ। ਸੋ ਉੱਥੋਂ ਵੀ ਜੇ ਕਿਸੇ ਨੇ ਕਾਫੀ ਕੁਫੀ ਵਗੈਰਾ ਲਈ ਆ ਤਾਂ ਆਪਦਾ ਘਰ ਹੀ ਰਹੋ ਨਾ, ਸੋਚੋ। ਕੱਲ੍ਹ ਆ ਰਿਹਾ ਸੀ ਨਿਊਜ਼ 'ਚ। ਸੋ ਇੱਕੋ ਇੱਕ ਹੱਲ ਹੈ ਵੀ ਘਰ ਰਹੋ। ਬਾਕੀ ਜੇ ਕਿਸੇ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਤਾਂ ਤੁਸੀਂ ਥੱਲੇ ਕਮੈਂਟ 'ਚ ਲਿਖ ਸਕਦੇ ਹੋ, ਜਾਂ ਤੁਹਾਡੇ ਕੋਲ ਕੋਈ ਜਾਣਕਾਰੀ ਹੈਗੀ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਬਾਕੀ ਮੇਰੀ ਇੰਸਟਾਗ੍ਰਾਮ ID ਵੀ ਹੈ, ਇਹਦੇ ਕੰਟੈਕਟ ਕਰ ਸਕਦੇ ਹੋ। ਸੋ ਥੈਂਕ ਯੂ, ਮਿਲਦੇ ਹਾਂ ਅਗਲੀ ਵੀਡੀਓ 'ਚ।